ਮੋਗਾ ਦੇ ਇੱਕ ਸਕੈਨ ਸੈਂਟਰ ਤੇ ਪਿਛਲੇ ਕੁਝ ਸਮੇਂ ਤੋਂ ਮਨਾਹੀ ਦੇ ਬਾਵਜੂਦ ਕੀਤੇ ਜਾ ਰਹੇ ਲਿੰਗ ਨਿਰਧਾਰਨ ਟੈਸਟ ਸੰਬੰਧੀ ਸਿਰਸਾ ਸਿਹਤ ਵਿਭਾਗ ਦੀ ਟੀਮ ਨੂੰ ਮਿਲੀਆਂ ਗੁਪਤ ਸੂਚਨਾਵਾਂ ਤੋਂ ਬਾਅਦ ਵਿਭਾਗ ਦੀ ਟੀਮ ਨੇ ਅੱਜ ਵੱਡੀ ਛਾਪੇਮਾਰੀ ਕੀਤੀ, ਜਿਸ ਦੌਰਾਨ ਮੌਕੇ ਤੋਂ ਇਸ ਕਾਰੋਬਾਰ ਲਈ ਹਸਪਤਾਲ ਨਾਲ ਜੁੜੇ ਇੱਕ ਮਰਦ ਅਤੇ ਇੱਕ ਔਰਤ ਸਮੇਤ ਦੋ ਜਣਿਆਂ ਨੂੰ ਦਬੋਚਿਆ ਗਿਆ। ਉੱਥੇ ਹੀ ਵਿਭਾਗ ਦੀ ਟੀਮ ਨੂੰ ਇਸ ਸਕੈਨ ਸੈਂਟਰ 'ਤੇ ਚੱਲਦੇ ਇਸ ਕੰਮ ਨੂੰ ਰੋਕਣ ਲਈ ਵੀ ਸਫਲਤਾ ਮਿਲੀ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੀ ਸਿਰਸਾ ਦੀ ਟੀਮ ਨੇ ਡਾਕਟਰ ਬੁੱਧਰਾਮ ਅਤੇ ਅਮਨਦੀਪ ਦੀ ਅਗਵਾਈ ਹੇਠ ਸਕੈਨ ਸੈਂਟਰ 'ਤੇ ਪੁੱਜੀ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਦੀ ਟੀਮ ਨੂੰ ਨਾਲ ਲੈ ਕੇ ਸਭ ਕੁਝ ਮੌਕੇ ਤੋਂ ਫੜਿਆ ਗਿਆ। ਸਿਵਲ ਸਰਜਨ ਸਿਰਸਾ ਕੋ ਇੱਕ ਗੁਪਤ ਸੂਚਨਾ ਮਿਲੀ ਥੀ ਕਿ ਮਾਨਸਾ ਕਾ ਇੱਕ ਟਾਊਟ ਹੈ ਜੋ ਗਰਭ ਅਵਸਥਾ ਮੇ ਗਰਭਵਤੀ ਕੇ ਭਰੂਣ ਕੀ ਲਿੰਗ ਜਾਂਚ ਕਰਵਾਤਾ ਹੈ, ਜਿਸਕੇ ਉੱਪਰ ਡਿਸਟ੍ਰਿਕਟ ਐਪਰੇਟਰ ਅਥਾਰਟੀ ਸਿਰਸਾ ਨੇ ਇੱਕ ਟੀਮ ਕਾ ਗਠਨ ਕੀਆ। ਉਸਕੇ ਬਾਅਦ ਟੀਮ ਨੇ ਟਾਊਟ ਸੇ ਸੰਪਰਕ ਕਰਕੇ ਉਸੇ ਬਾਤ ਕੀ ਕਿ ਕਿਆ ਵੈ ਗਰਭਵਤੀ ਕਾ ਲਿੰਗ ਜਾਂਚ ਕਰਵਾ ਦੇਗਾ। ਉਸਨੇ ਕਿਹਾ ਕਿ ਹਾਂ ਯਹ ਮੈਂ ਕੰਮ ਕਰਵਾ ਦੂੰਗਾ, ਇਸਕੇ ਲੀਏ 55,000 ਰੁਪਇਆ ਮੈਂ ਲੂੰਗਾ। ਫਿਲਹਾਲ ਸਿਹਤ ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ ਸਕੈਨ ਸੈਂਟਰ ਨੂੰ ਸੀਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਵਿਭਾਗ ਦੀ ਇਸ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਫੜਿਆ ਗਿਆ ਹੈ, ਜਦਕਿ ਇੱਕ ਹੋਰ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਿਟੀ 1 ਦੇ ਮੁਖੀ ਲਛਮਣ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।